ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਿੱਟੂ ਜੀ। ਸਰ। ਮੈਂ ਤਾਂ ਚਲਾ ਗਿਆ, ਮੈਂ ਫੋਨ ਰੋਜ਼ ਇਸੇ ਕਰਕੇ ਕਰਦਾ ਸੀ ਵੀ ਕੱਲ ਇਹਨਾਂ ਤੁਹਾਡਾ ਨੇ ਫੋਨ ਨਹੀਂ ਆਇਆ ਹੋਣ ਜਦ ਦੇਣਾ ਕੁਛ, ਹੈ ਇਹਨਾਂ ਨੇ ਨਹੀਂ ਹੋਣ ਦੇਣਾ। ਇਹ ਮੈਂ ਜਦੋਂ ਰੋਜ਼ ਜੀ ਮੈਂ ਕਰਾਉਂਦਾ ਸੀ ਨਾ ਜੀ, ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ। ਮੈਂ ਜਦੋਂ ਮੈਂ ਰੋਕਦਾ ਸੀ ਰੋਜ਼ ਵੀ ਮੈਨੂੰ ਟਿਕਟ ਮਿਲ ਜਾਣ ਦੋ, ਮੈਂ ਚੁੱਪ। ਇਹ ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਸਿੰਘ। ਇਹ ਆਸ਼ੂ, ਇਹ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ। ਮੈਂ ਚੁੱਪ ਕਰਕੇ, ਮੈਂ ਤੁਹਾਨੂੰ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਊਂਸ ਹੋਣ ਦਿਓ, ਕੈਂਡੀਡੇਟ ਅਨਾਊਂਸ ਰੌਲਾ ਨਹੀਂ ਪਾਉਣਾ। ਬਿਲਕੁਲ ਮੈਂ ਠੀਕ ਹੈ ਜਦੋਂ ਕੈਂਡੀਡੇਟ ਅਨਾਊਂਸ ਹੋਣਾ, ਮੈਂ ਚੁੱਪ ਕਰਕੇ, ਇਹਨਾਂ ਨੇ ਕੁਛ ਨਹੀਂ ਕਰ ਸਕਣਾ, ਫਿਰ ਮੈਂ ਉੱਤੋਂ ਚੁੱਪ ਕਰਕੇ ਕਰਕੇ ਲਿਆਊਂਗਾ। ਇਹ ਤਾਂ ਇਹ ਕਿਤੇ ਜਰਦੇ ਆ। ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕਿ ਉੱਥੇ ਜੀ ਖਹਿਰਾ ਬੈਠਾ, ਉੱਥੇ ਸਿੱਧੂ ਬੈਠਾ, ਉੱਥੇ ਜਦੋਂ ਮੈਂ ਗੱਲਾਂ ਹਜੇ ਤੋਰਦਾ ਹੀ ਸੀ, ਲਜੇ ਬੈਂਸ ਆ ਗਿਆ ਜੀ, ਫਿਰ ਆਪਣੇ ਪੱਲੇ ਕੀ ਰਹੂਗਾ। ਵਾਹਿਗੁਰੂ ਜੀ। ਮਤਲਬ ਇਹ ਤਾਂ ਇਹ ਥੜੇ ਉਹ ਕਮਜ਼ੋਰ ਬੰਦੇ ਨੇ। ਉਦਣ ਮੈਂ ਵੀ ਦੁਖੀ ਹੋ ਕੇ, ਮੈਂ ਇਸੇ ਕਰਕੇ ਮੈਂ ਕਿਹਾ ਛੱਡੋ ਯਾਰ, ਇਹ ਤਾਂ ਮਤਲਬ ਕੁਛ ਫੈਸਲਾ ਹੀ ਨਹੀਂ ਕਰਨ ਦਿੰਦੇ, ਕੋਈ ਗੱਲ ਕਰ ਨਹੀਂ ਦਿੰਦੇ ਸਾਰੇ ਜਦੋਂ ਮੌਕਾ ਮਿਲਿਆ। ਤੁਸੀਂ ਭਾਜੀ, ਮੈਂ ਕੁਛ ਨਹੀਂ ਕਹਿਣਾ ਹੁਣ, ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਇਹ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮਿਲਦੀ, ਮੈਂ ਤਾਂ ਇਹੀ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਪੈਣ ਚੁੱਕਾ ਦੇ ਰਿਹਾ। ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ, ਤੁਸੀਂ ਮਨ ਬਣਾਓ ਬਸ ਹਜੇ। ਲੋਕਲ ਨੂੰ ਬਾਹਰ ਹੋ ਤੁਸੀਂ ਅੱਜ? ਨਹੀਂ ਮੈਂ ਉਰੇ, ਮੈਂ ਲੋਕਲ ਹਾਂ, ਮੈਂ ਲੋਕਲ ਹਾਂ, ਮੈਂ ਚਲੋ ਆਪਾਂ ਮੈਂ ਮਿਲ ਲੈਂਦੇ ਹਾਂ ਬਾਅਦ ਦੁਪਹਿਰ ਫਿਰ ਫੋਨ ਕਰਦਾ ਤੁਹਾਨੂੰ ਮੈਂ। ਇਹ ਇਹ ਨਾ ਭਾਜੀ, ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ, ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕਦੇ ਰਹੇ ਆ, ਕੌਣ ਕੀ ਕਰਦਾ ਰਿਹਾ, ਪਰਮਿੰਦਰ ਬਰਾੜ ਕੀ ਕਰਦਾ ਰਿਹਾ, ਬਾਕਟ ਜਾਖੜ ਕੀ ਕਰਦਾ ਰਿਹਾ। ਇਹ ਸੇਮ ਹੀ ਸਥਿਤੀ ਕਾਂਗਰਸ ਵਾਲੀ ਹੈ। ਅੱਛਾ, ਸਾਡਾ ਸਾਰੇ ਪਾਸੇ ਇਹੀ ਮਾਹੌਲ ਆ ਨਾ, ਬੈਂਸ ਪਾਸ ਤੇ ਪਤਾ ਨਹੀਂ ਕੀ ਚੱਕਰ ਆ ਸਾਡਾ। ਡਰਦੇ ਡਰਦੇ ਨੇ ਬਸ, ਹੋਰ ਇਹਨਾਂ ਨੂੰ ਕੀ ਆ। ਦੱਸੋ ਯਾਰ, ਜੇ ਪਾਰਟੀ ਤਾਕਤਵਰ ਆ, ਸੰਗਠਨ ਤਾਕਤਵਰ ਆ, ਤਾਂ ਸਾਰੇ ਤਾਕਤਵਰ ਆ। ਹਾਂ ਵੀ ਬੈਂਸ ਆ ਗਿਆ, ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲੇ, ਉਹ ਤੁਹਾਡੀ ਦੁਕਾਨ ਡਬਲ ਹੋਊਗਾ ਬੰਦ ਹੋਊਗਾ, ਆਪਣਾ ਆਪਣੇ ਦੇਣਾ ਆਪਣਾ। ਹਾਂ ਬਿਲਕੁਲ, ਮੱਥੇ ਦੀ ਤਕਦੀਰ, ਹੱਥ ਦੀ ਲਕੀਰ ਕੋਈ ਨਹੀਂ ਮੇਟ ਸਕਦਾ ਬਿੱਟੂ ਜੀ। ਮਿਲਣੀ ਮਿਲਣੀ ਮੈਨੂੰ, ਮੈਂ ਤਾਂ ਮੈਂ ਕਈ ਗੱਲਾਂ, ਮੈਨੂੰ ਕੀ ਮਾੜਾ ਲੱਗਦਾ ਸੀ, ਇੱਕ ਨਾ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਾਹਾਕਾਰ ਮਚਾਉਣਾ ਹੈ ਜੇ ਇਹਨਾਂ ਨੂੰ ਭਿੜਕ ਪੈ ਗਈ ਵੀ ਰਾਹ ਨਾ ਦੇਈਏ ਕਿਸੇ ਨੂੰ ਵੀ, ਨਾ ਰਾਜੇ ਨੂੰ ਨਾ ਬਾਜਵੇ ਨੂੰ, ਚੁੱਪ ਕਰਕੇ ਜਦੋਂ ਮੈਨੂੰ ਟਿਕਟ ਮਿਲਦੀ ਮੈਂ ਤਾਂ ਹੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ, ਵੀ ਇਹਨਾਂ ਨੇ ਤਾਂ ਅੱਗ ਲੱਗ ਜਾਣੀ। ਉਹ ਆ ਗਿਆ ਸੀਐਮ, ਬਣ ਗਿਆ ਸੀਐਮ, ਉਹੀ ਉਹੀ ਸੀਐਮ ਬਣ ਨੂੰ ਇੱਥੇ ਜਿਹੜੀ ਆ ਹੁਣ। ਮੈਨੂੰ ਰੋਜ਼ ਦੇਖੋ, ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾਂ ਮੰਤਰੀ ਆ ਜਿਹੜਾ, ਸ਼੍ਰੀ ਨਿਵਾਸਲੂ, ਅੱਜ ਦਾ ਨੀ, ਨਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ। ਅਰੇ ਭਾਈ, ਬੈਂਸ ਕੋ ਜੁਆਇਨ ਕਰਵਾਉਣਾ ਹੈ। ਮੈਂ ਕਿਹਾ ਜੀ ਤੁਸੀਂ ਨਾ ਮਹਾਂ ਮੰਤਰੀ ਹੋ, ਤੁਹਾਨੂੰ ਨਹੀਂ ਨਹੀਂ ਉਹ ਜਾਖੜ ਹੈ ਨਾ, ਜੋ ਜਾਖੜ ਉਹ, ਮੈਂ ਕਿਹਾ ਜੀ ਮੈਨੂੰ ਉਦਣ ਦਾ, ਮੈਂ ਕਿਹਾ ਜੀ ਤੁਸੀਂ ਜਾਖੜ ਜੁਖੜ ਨੂੰ ਛੱਡੋ, ਹੁਣ ਮੈਂ ਆ ਗਿਆ, ਮੈਂ ਆਪਣੇ ਆਪ ਇਹ ਕੰਮ ਮੇਰੇ ਤੇ ਛੱਡੋ। ਤੁਸੀਂ ਮਹਾਂ ਮੰਤਰੀ ਕੈਂਡੀਡੇਟ ਹੋ ਕੇ ਤੁਸੀਂ ਜੁਆਇਨ ਨਹੀਂ ਕਰਾ ਸਕਦੇ, ਤੁਸੀਂ ਕਰਦੇ ਕੀ ਹੋ? ਹਾਂਜੀ, ਤੇ ਤੁਸੀਂ, ਮੈਂ ਤੁਹਾਨੂੰ ਦੇਖੋ, ਮੈਂ ਇੱਕ ਇਹ ਕੁਛ ਕਹਿਣ ਜੋਗਾ ਹੀ ਨਹੀਂ ਰਿਹਾ ਹੋਇਆ। ਖੈਰ ਮੈਂ ਤਾਂ ਤੁਹਾਨੂੰ ਜਦੋਂ ਮੈਂ ਆਪ ਹੀ ਉਧਰੋਂ ਇੱਧਰ ਚਲਾ ਗਿਆ। ਆ ਚਲੋ, ਪਰ ਬਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ। ਹਾਂਜੀ, ਇਹ ਤਾਂ ਜੇ ਕੋਈ ਨਕਲੀ ਪੱਗ ਵੀ ਬੰਨ ਕੇ ਚਲੇ ਜਾਵੇ ਨਾ, ਇਹ ਤਾਂ ਵੀ ਉਹਨੂੰ ਪ੍ਰਾਈਮ ਮਿਨਿਸਟਰ ਉਹਨੂੰ ਜੱਫੀਆਂ ਪਾਈ ਜਾਂਦੇ, ਇਹਨੇ ਤਾਂ ਹਾਲਾਤ ਇਹ ਨੇ ਉੱਥੇ। ਤੁਸੀਂ ਜੇ, ਮੈਂ ਪਹਿਲਾਂ ਵੀ ਮੈਂ ਭਰੋਸਾ
ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ, ਦੁਪਹਿਰੋਂ ਬਾਅਦ ਫਿਰ ਆਪਾਂ ਤਿੰਨ ਮਿਲ ਕੁ ਕੇ ਵਜੇ ਤੋਂ ਕਰਾਂਗੇ ਬਾਅਦ ਜਦੋਂ ਤੁਹਾਨੂੰ ਠੰਡ ਫੋਨ ਹੋਗਾ। ਕਰਦਾ, ਆਪਾਂ ਫਿਰ ਕਿਤੇ 10 ਮਿੰਟ ਸੀਕ੍ਰੇਟਲੀ ਬੈਠ ਕੇ ਲਾਉਂਦੇ ਹਾਂ ਇਕੱਲੇ ਇਕੱਲੇ ਇਕੱਲੇ। ਹਾਂਜੀ ਬਿਲਕੁਲ।